ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਆਪਾਂ ਇੱਕ ਇਸ ਗੱਲ 'ਤੇ ਵਿਚਾਰ ਕਰਦੇ ਹਾਂ, ਹਾਊ ਡੂ ਸਿੱਖ ਕਲੀਨ ਦੇਅਰ ਹੇਅਰ, ਕਿਸ ਤਰ੍ਹਾਂ ਜਿਹੜੇ ਸਿੱਖ ਨੇ ਉਹ ਆਪਣੇ ਵਾਲਾਂ ਦੀ ਸਾਫ਼ ਸਫਾਈ ਰੱਖਦੇ ਨੇ ਅਤੇ ਕਿਸ ਤਰ੍ਹਾਂ ਉਹਨਾਂ ਨੂੰ ਸਾਂਭ ਕੇ ਰੱਖਦੇ ਨੇ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਈਸਵੀ ਦੇ ਵਿੱਚ ਅਨੰਦਪੁਰ ਸਾਹਿਬ ਵਿਖੇ ਵਿਸਾਖੀ ਵਾਲੇ ਦਿਹਾੜੇ 'ਤੇ ਸਿੱਖ ਧਰਮ ਦੀ ਸਥਾਪਨਾ ਕੀਤੀ, ਖਾਲਸਾ ਪੰਥ ਦੀ ਸਿਰਜਣਾ ਕੀਤੀ, ਤਾਂ ਉਹਨਾਂ ਨੇ ਆਪਣੇ ਕੇਸਾਂ ਦੀ ਸਾਂਭ ਸੰਭਾਲ ਬਾਰੇ ਖਾਸ ਤੌਰ 'ਤੇ ਦੱਸਿਆ। ਪਹਿਲਾਂ ਜ਼ਮਾਨੇ ਤੋਂ ਹੀ ਕੇਸਾਂ ਦੀ ਜਿਹੜੀ ਸਾਂਭ ਸੰਭਾਲ ਚੱਲਦੀ ਆ ਰਹੀ ਸੀ, ਪਰ ਆਉਣ ਵਾਲੇ ਅਜੋਕੇ ਸਮੇਂ ਦੇ ਵਿੱਚ ਕੇਸਾਂ ਦੀ ਬੇਅਦਬੀ ਅਤੇ ਰੋਮਾਂ ਦੀ ਬੇਅਦਬੀ ਹੋਣ ਲੱਗੀ। ਸੋ ਆਪਾਂ ਪੁਆਇੰਟ 'ਤੇ ਆਉਂਦੇ ਹਾਂ, ਹਾਊ ਡੂ ਸਿੱਖ ਕਲੀਨ ਦੇਅਰ ਹੇਅਰ। ਸਭ ਤੋਂ ਪਹਿਲਾਂ ਜਿਹੜਾ ਸਿੱਖ ਹੈ ਜਦੋਂ ਇਸ਼ਨਾਨ ਸ਼ੁਰੂ ਕਰਦਾ ਹੈ, ਆਪਣਾ ਕੇਸੀ ਇਸ਼ਨਾਨ ਤੋਂ ਸ਼ੁਰੂ ਕਰੇਗਾ, ਜਿਹੜਾ ਉਸਦਾ ਸ਼੍ਰੀ ਸਾਹਿਬ ਹੈ ਉਸ ਨੂੰ ਆਪਣੇ ਲੱਕ 'ਤੇ ਬੰਨ੍ਹ ਕੇ, ਕੱਪੜੇ ਕੱਢ ਕੇ ਆਪਣੇ ਲੱਕ 'ਤੇ ਸ਼੍ਰੀ ਸਾਹਿਬ ਬੰਨ੍ਹੇਗਾ। ਉਸ ਤੋਂ ਬਾਅਦ ਫਿਰ ਆਪਣਾ ਜਿਹੜਾ ਸਿਰ ਹੈ ਉਸਦਾ ਇਸ਼ਨਾਨ ਸ਼ੁਰੂ ਹੋਏਗਾ। ਜ਼ਿਆਦਾਤਰ ਤਾਂ ਅੱਜ ਕੱਲ੍ਹ ਸ਼ੈਂਪੂ ਚੱਲ ਗਏ ਨੇ ਜਾਂ ਹੋਰ ਮੈਡੀਕਲ ਚੀਜ਼ਾਂ ਆ ਗਈਆਂ ਨੇ ਲੇਟੈਸਟ, ਪਰ ਜਿਹੜਾ ਸਿੱਖ ਹੈ ਉਸ ਵਾਸਤੇ ਜ਼ਰੂਰੀ ਹੈ ਕਿ ਜਿਹੜੇ ਆਪਣੇ ਕੁਦਰਤੀ ਸਾਧਨ ਨੇ ਵਾਲਾਂ ਨੂੰ ਸਾਫ਼ ਕਰਨ ਦੇ, ਉਹਨਾਂ ਨੂੰ ਅਪਣਾਇਆ ਜਾਵੇ। ਜਿਸ ਤਰ੍ਹਾਂ ਦਹੀਂ ਹੈ, ਕੱਚਾ ਦੁੱਧ ਹੈ ਜਾਂ ਨਿੰਬੂ ਦਾ ਰਸ ਹੈ, ਇਸ ਦੇ ਨਾਲ ਪਹਿਲਾਂ ਜਿਸ ਤਰ੍ਹਾਂ ਧੋਇਆ ਜਾਂਦਾ ਸੀ ਉਸ ਤਰ੍ਹਾਂ ਹੀ ਹੁਣ ਵੀ ਧੋਇਆ ਜਾ ਸਕਦਾ ਹੈ। ਹਰ ਰੋਜ਼ ਇਸ਼ਨਾਨ ਕਰਨ ਦੇ ਨਾਲ ਵਾਲ ਵੀ ਸਾਫ਼ ਰਹਿੰਦੇ ਨੇ। ਸੋ ਪਹਿਲਾ ਸਟੈਪ ਆਪਾਂ ਦੱਸਿਆ ਕਿ ਸ਼੍ਰੀ ਸਾਹਿਬ ਲੱਕ 'ਤੇ ਬੰਨ੍ਹ ਕੇ, ਫਿਰ ਆਪਾਂ ਕੇਸੀ ਇਸ਼ਨਾਨ ਕਰਨਾ ਹੈ। ਕੇਸੀ ਇਸ਼ਨਾਨ ਹੋਣ ਤੋਂ ਬਾਅਦ ਵਾਲਾਂ ਨੂੰ ਝਾੜ ਕੇ ਉੱਤੇ ਆਪਣੀ ਕੇਸਕੀ ਬੰਨ੍ਹ ਕੇ, ਫਿਰ ਸ਼੍ਰੀ ਸਾਹਿਬ ਕੇਸੀ ਦੇ ਉੱਤੇ ਸਜਾ ਕੇ ਫਿਰ ਬਾਕੀ ਦਾ ਇਸ਼ਨਾਨ ਆਪਣੇ ਸਰੀਰ ਦਾ ਕਰਨਾ ਹੈ। ਇਹ ਸਟੈਪ ਹਨ ਜਿਹੜੇ ਕਿ ਕਿਸ ਤਰ੍ਹਾਂ ਆਪਾਂ ਆਪਣੇ ਵਾਲਾਂ ਦੀ ਸਾਫ਼ ਸਫਾਈ ਰੱਖ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਸੁਕਾਉਣਾ ਹੈ, ਸੁਕਾ ਕੇ। ਸਰਦਾਰ ਜੀ, ਇੱਕ ਮਿੰਟ ਮੈਂ ਉਹ ਕਹਾਂਗਾ, ਇਹ ਮਤਲਬ ਕਿ ਵਾਲਾਂ ਨੂੰ ਆਪਾਂ ਕਿਵੇਂ ਜਦੋਂ ਦਹੀਂ ਲਗਾ ਰਹੇ ਹਾਂ ਜਾਂ ਨਿੰਬੂ ਦਾ ਰਸ ਪਾ ਰਹੇ ਹਾਂ, ਤਾਂ ਕਿਸ ਤਰ੍ਹਾਂ ਆਪਾਂ ਵਾਲਾਂ ਨੂੰ ਘੁਮਾਉਣਾ, ਤੁਹਾਡਾ ਦਿਖਾਓਗੇ ਪ੍ਰੈਜੈਂਟੇਸ਼ਨ ਕਿ ਮਤਲਬ ਕਿ ਇੱਕਦਮ ਆਪਾਂ ਲਾ ਦਈਏ? ਨਹੀਂ ਨਹੀਂ, ਜਿਵੇਂ ਮੰਨ ਲਓ, ਹਾਂ ਇਹ ਵਾਲ ਹੈ, ਇਹ ਵਾਲ ਨੇ, ਠੀਕ ਹੈ, ਇਹ ਬੰਦਾ ਹੈ, ਇਹ ਬੰਦੇ ਵਾਲ ਹੈ, ਠੀਕ ਹੈ, ਠੀਕ ਹੈ, ਵਾਲ ਨੇ, ਖੁੱਲੇ ਨੇ, ਕਿਸ ਤਰ੍ਹਾਂ ਮਤਲਬ ਕਿ ਇਸ ਦਾ ਜਿਹੜਾ ਆਪਣੇ ਸਿਰ ਦਾ ਝੁਕਾ ਹੈ ਅੱਗੇ ਪਾਸੇ ਵਾਲੇ ਹੋਣਾ, ਠੀਕ ਹੈ, ਠੀਕ ਹੈ, ਮੰਨ ਲਓ ਇਹ ਆਪਾਂ ਦਹੀਂ ਪਾਤੀ ਦੋਵੇਂ ਹੱਥਾਂ ਦੇ ਨਾਲ, ਠੀਕ ਹੈ, ਇਸ ਨੂੰ ਆਪਾਂ ਹਿਲਾਉਣਾ ਹੈ ਆਪਣੇ ਸਿਰ ਨੂੰ, ਠੀਕ, ਹਿਲਾਉਣ ਤੋਂ ਬਾਅਦ ਥੋੜਾ ਦੇਰ ਉਸ ਨੂੰ ਰੋਕਣਾ ਹੈ। ਅੱਛਾ, ਕਿਉਂਕਿ ਜਿਹੜਾ ਹੈ ਇਹ ਆਬਜ਼ਰਵ ਹੋ ਜਾਵੇ, ਜਿਹੜੀ ਦਹੀਂ ਆਪਣੇ ਰੋਮਾਂ 'ਚ ਸਿਰ 'ਚ ਵਾਲਾਂ 'ਚ ਚੰਗੀ ਤਰ੍ਹਾਂ ਲੱਗ ਜਾਵੇ। ਉਸ ਤੋਂ ਬਾਅਦ 2-3 ਮਿੰਟ ਬਾਅਦ ਆਪਾਂ ਪਾਣੀ ਪਾ ਕੇ ਆਪਣੇ ਹੇਅਰ ਜਿਹੜੇ ਕਲੀਨ ਹੋ ਸਕਦੇ ਨੇ, ਠੀਕ ਹੈ, ਉਹਨੂੰ ਧੋਇਆ ਜਾ ਸਕਦਾ ਹੈ। ਇਹ ਜਿਹੜਾ ਹੈ ਇਸ ਦਾ ਧੋਣ ਦਾ ਤਰੀਕਾ ਹੈ। ਇਸੇ ਤਰ੍ਹਾਂ ਕੰਘੀ ਮਤਲਬ ਦੇਣੀ ਹੈ ਇਸ ਤੋਂ ਬਾਅਦ, ਕਿਉਂਕਿ ਜਿਹੜੀ ਸਿੱਖ ਧਰਮ 'ਚ ਲੱਕੜ ਦੀ ਕੰਘੀ ਯੂਜ਼ ਕਰਨ ਵਾਸਤੇ ਪਾਤਸ਼ਾਹ ਜੀ ਨੇ ਦੱਸਿਆ, ਠੀਕ, ਉਸ ਤੋਂ ਬਾਅਦ ਮਤਲਬ ਕਿਸ ਤਰ੍ਹਾਂ ਦੇਣੀ ਹੈ ਕੰਘੀ? ਕੰਘੀ ਆਪਾਂ ਆਮ ਜਿਸ ਤਰ੍ਹਾਂ ਵਾਲ ਗੇਰ ਕੇ ਪਿੱਛੇ ਦੀ, ਹਾਂਜੀ ਹਾਂਜੀ, ਤੇ ਉਸ ਨੂੰ ਕੰਘੀ ਦੇ ਕੇ ਪਹਿਲਾਂ ਤਾਂ ਆਪਣਾ ਜਿਹੜਾ ਕੇਸਗੀ ਹੈ ਆਪਾਂ ਪਿੱਛੇ ਲਾਉਣੀ ਹੈ, ਆਪਣੀ ਪਿੱਠ ਦੇ ਉੱਤੇ ਕੇਸਗੀ ਲਾ ਕਰਕੇ ਉਸ ਦੇ ਵਾਲ ਆਪਾਂ ਸੁੱਟ ਲੈਣੇ ਨੇ ਤੇ ਉਸ ਨੂੰ ਕੰਘੀ ਦੇ ਦੇਣੀ ਹੈ, ਠੀਕ। ਫਿਰ ਆਪਣੇ ਜਿਹੜਾ ਕੇਸਗੀ ਦੇ ਨਾਲ ਸਿਰ ਨੂੰ ਥੋੜਾ ਢੱਕ ਕੇ ਰੱਖਣਾ ਹੈ ਕਿ ਬਿਲਕੁਲ ਨੰਗਾ ਨਾ ਹੋਵੇ, ਤੇ ਨਾਲ ਦੇ ਨਾਲ ਹਵਾ ਲਵਾ ਲੈਣੀ ਹੈ, ਸੁੱਕ ਜਾਣੇ ਨੇ। ਉਸ ਤੋਂ ਬਾਅਦ ਆਪਾਂ ਇਸ ਨੂੰ ਤੇਲ ਲਾ ਸਕਦੇ ਹਾਂ, ਸਰਸੋਂ ਦਾ ਜ਼ਿਆਦਾਤਰ ਜਾਂ ਨਾਰੀਅਲ ਦਾ ਤੇਲ, ਜੋ ਵੀ ਤੇਲ ਲਗਾ ਕੇ ਆਪਾਂ ਉਸ ਨੂੰ ਵਾਹ ਕੇ ਉਸ ਤੋਂ ਬਾਅਦ ਆਪਣੀ ਜੂੜਾ ਸਜਾ ਕੇ ਕੇਸੀ ਸਜਾ ਲੈਣੀ ਹੈ, ਬਾਕੀ ਦਿਨ ਚਰਿਆ ਦੇ ਕੰਮ। ਦਾੜੀ ਵਾਸਤੇ ਕੁਛ ਹੈ? ਦਾੜੀ ਵਾਸਤੇ ਵੀ ਐਵੇਂ ਹੀ ਹੈ, ਜਿਹੜੀ ਆਪਾਂ ਚੀਜ਼ ਵਾਲਾਂ ਦੇ ਵਿੱਚ ਲਾਈ ਹੈ ਸਿਰ 'ਚ, ਉਹੀ ਆਪਾਂ ਆਪਣੇ ਦਾੜੇ ਨੂੰ ਸਜਾ ਸਕਦੇ ਹਾਂ, ਉਸੇ ਤਰ੍ਹਾਂ ਹੀ ਕਲੀਨ ਕਰਕੇ ਕੰਘੀ ਦੇ ਨਾਲ। ਦਾੜੀ ਦਾ ਇਹ ਹੈ ਵੀ ਜਦੋਂ ਵੀ ਆਪਾਂ ਕਿਤੇ ਜਾਣਾ ਹੈ ਜਾਂ ਬਾਹਰ ਹੈ, ਆਪਾਂ ਕੰਘੀ ਦੇ ਨਾਲ ਦਾੜੀ ਕਲੀਨ ਕਰਨ ਹਰ ਵੇਲੇ ਕਰਨੀ ਜ਼ਰੂਰੀ ਹੈ। ਇਹ ਕਿੰਨੇ ਕਿੰਨੇ ਦਿਨਾਂ ਬਾਅਦ ਇਸ਼ਨਾਨ ਕਰਨਾ ਚਾਹੀਏ ਵਾਲਾਂ ਨੂੰ ਕਲੀਨ ਕਰਨ ਵਾਸਤੇ? ਜਿਹੜਾ ਕੇਸੀ ਇਸ਼ਨਾਨ ਤਾਂ ਪਾਤਸ਼ਾਹ ਜੀ ਨੇ ਹਰ ਰੋਜ਼ ਦਾ ਦੱਸਿਆ ਹੈ, ਮਤਲਬ ਡੇਲੀ ਡੇਲੀ ਕਰਨਾ, ਸਵੇਰੇ ਅੰਮ੍ਰਿਤ ਵੇਲੇ। ਅੱਛਾ, ਕਲੀਨ ਜਿਹੜਾ ਕੇਸੀ ਇਸ਼ਨਾਨ ਹੈ ਉਹ ਜ਼ਰੂਰੀ ਹੈ। ਜ਼ਿਆਦਾਤਰ ਜੇ ਨਹੀਂ ਤਾਂ 3 ਦਿਨਾਂ ਬਾਅਦ ਜਾਂ ਹਫ਼ਤੇ ਬਾਅਦ ਵੀ, ਹਫ਼ਤਾ ਵਾਰ ਇਸ਼ਨਾਨ ਹੁੰਦਾ ਹੈ, ਤੇ 3 ਦਿਨਾਂ ਬਾਅਦ ਵੀ ਕਰ ਸਕਦੇ ਹਾਂ। ਜ਼ਿਆਦਾਤਰ ਬੈਟਰ ਹੈ ਕਿ ਆਪਾਂ ਹਰ ਰੋਜ਼ ਕਰੀਏ ਕੇਸੀ ਇਸ਼ਨਾਨ ਦੇ ਨਾਲ, ਜਿਹੜਾ ਤਨ ਮਨ ਧਨ ਇਹ ਆਪਣਾ ਸਵਸਥ ਰਹਿੰਦਾ ਹੈ, ਉਸ ਦੇ ਨਾਲ ਆਪਣਾ ਲਾਭ ਹੀ ਲਾਭ ਹੈ, ਤੇ ਮੰਨ ਲਓ ਵਾਲ ਵੀ ਜ਼ਿਆਦਾ ਗਿਰਨਗੇ ਨਹੀਂ, ਵਾਲਾਂ ਦੀ ਕੁਆਲਿਟੀ ਬਣੀ ਰਹੇਗੀ, ਇਸ ਦੀ ਲਾਈਫ ਵੀ ਬਣੀ ਰਹੇਗੀ। ਕੀ ਅਸੀਂ ਵਾਲ ਖੁੱਲ੍ਹੇ ਵੀ ਛੱਡ ਸਕਦੇ ਹਾਂ? ਨਹੀਂ, ਸਿੱਖ ਧਰਮ ਦੇ ਵਿੱਚ ਵਾਲ ਖੁੱਲ੍ਹੇ ਛੱਡਣ 'ਤੇ ਪਾਬੰਦੀ ਹੈ, ਇਸ ਨੂੰ ਹਮੇਸ਼ਾ ਬੰਨ੍ਹ ਕੇ ਰੱਖਣਾ ਹੈ। ਬੀਬੀਆਂ ਵਾਸਤੇ ਵੀ ਜ਼ਰੂਰੀ ਹੈ ਕਿ ਆਪਣਾ ਉਹ ਜਿਹੜਾ ਸਿਰ ਆ ਉਹ ਅੱਜ ਕੱਲ੍ਹ ਦੇ ਫੈਸ਼ਨਾਂ ਦੇ ਵਿੱਚ ਨਾ ਪਹਿਣ, ਸਗੋਂ ਉਸਨੂੰ ਢੱਕ ਕੇ ਰੱਖਣ, ਕੇਸਗੀ ਬੰਨਣ, ਤਾਂ ਬਹੁਤ ਜ਼ਰੂਰ ਵਧੀਆ ਗੱਲ ਹੈ। ਅਤੇ ਸਿੰਘਾਂ ਵਾਸਤੇ ਵੀ ਕਈ ਸਿੰਘਾਂ ਨੇ ਆਪਣੀ ਮਨਮਤ ਬਣਾ ਲਈ, ਖੇਡਣ ਜਾਂਦੇ ਨੇ ਬੱਚੇ ਵਗੈਰਾ, ਅਮਲ ਛਕਿਆ ਹੁੰਦਾ ਹੈ, ਪਰ ਉਹਨਾਂ ਨੇ ਵਾਲ ਪਿੱਛੇ ਦੀ ਸੁੱਟੇ ਹੁੰਦੇ ਨੇ ਅਤੇ ਦੁਨੀਆ ਵੇਖ ਕੇ ਹੱਸਦੀ ਹੈ ਗੁਰੂ ਦਾ ਸਿੱਖ ਜਾ ਰਿਹਾ ਹੈ। ਇਸ ਵਾਸਤੇ ਮੈਂ ਬੇਨਤੀ ਕਰਾਂਗਾ ਸੰਗਤਾਂ ਨੂੰ
कि जिहड़े अपने बच्चे ने जिहड़े अमरधारी सिंह ने जां अमरधारी सिंघां दे अगे बच्चे ने उहनां नूं इह सिखाया जावे कि अपने जिहड़े केस ने उह हमेशा बन्न के रखणा है रात नूं सौण वेले वी केवल जदों आपां इशनान करना है जां वालां दी सफाई करनी है उस समें ही अपना सिर नंगा करना है। इह जरूरी गल्लां ने ਇਹ ਜਿਹੜੀ ਵਾਲਾਂ ਦੀ ਸਾਫ਼ ਸਫਾਈ ਬਾਰੇ ਦੱਸਿਆ ਗਿਆ ਹੈ ਇਸ ਨੂੰ ਆਪਣੇ ਜੀਵਨ ਦੇ ਵਿੱਚ ਇੰਪਲੀਮੈਂਟ ਕਰੋ ਅਤੇ ਗੁਰੂ ਪਾਤਸ਼ਾਹ ਜੀ ਦਾ ਸੰਦੇਸ਼ ਅਪਣਾਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।